Hey guys, subscribe and press the bell icon to never miss a video from Gabru. ਜਿਵੇਂ ਕਿ ਅਸੀਂ ਪਹਿਲਾਂ ਵੀ ਤੁਹਾਨੂੰ ਇਹ ਗੱਲ ਦੱਸ ਚੁੱਕੇ ਹਾਂ ਕਿ ਇੰਟਰਨੈਟ ਨੂੰ ਮਾਤਾਂ ਪਾਉਣ ਲਈ ਟੈਲੀਵਿਜ਼ਨ ਇੱਕ ਵਾਰੀ ਫਿਰ ਤੋਂ ਆਪਣੇ ਪੁਰਾਣੇ ਅਤੇ ਵੱਖਰੇ ਅੰਦਾਜ਼ ਵਿੱਚ ਵਾਪਸੀ ਕਰਨ ਜਾ ਰਿਹਾ ਹੈ। ਉੱਥੇ ਹੀ ਆਉਣ ਵਾਲੀ ਇਸ ਨਵੀਂ ਪੰਜਾਬੀ ਫਿਲਮ ਜਿਸ ਦਾ ਆਫੀਸ਼ੀਅਲ ਟਾਈਟਲ ਰੱਖਿਆ ਗਿਆ ਹੈ ਜੀ ਟੈਲੀਵਿਜ਼ਨ, ਉਸਦੀ ਸ਼ੂਟ ਪੂਰੀ ਹੋ ਚੁੱਕੀ ਹੈ, ਜਿੱਥੇ ਇੱਕ ਪਾਸੇ ਇਸ ਫਿਲਮ ਦੀ ਕਹਾਣੀ ਟੈਲੀਵਿਜ਼ਨ ਦੇ ਈਰਾ ਅਤੇ ਉਸਦੇ ਸ਼ੁਰੂਆਤੀ ਦਿਨਾਂ ਦੇ ਇਰਦ ਗਿਰਦ ਘੁੰਮਦੀ ਹੈ, ਉੱਥੇ ਹੀ ਫਿਲਮ ਦੀ ਸ਼ੂਟ ਪੂਰੀ ਹੋਣ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਫਿਲਮ ਦੇ ਰੈਪ ਅਪ ਸ਼ੂਟ ਦੀਆਂ ਕੁਛ ਐਕਸਕਲੂਸਿਵ ਪਿਕਚਰਸ। ਹੈਵ ਅ ਲੁੱਕ। ਆਉਣ ਵਾਲੀ ਇਹ ਨਵੀਂ ਪੰਜਾਬੀ ਫਿਲਮ ਰਿਲੀਜ਼ ਹੋਵੇਗੀ ਜੀ ਸਿਮਰਜੀਤ ਸਿੰਘ ਪ੍ਰੋਡਕਸ਼ਨਸ ਦੇ ਬੈਨਰ ਹੇਠ, ਜਿਸ ਨੂੰ ਡਾਇਰੈਕਟ ਕਰ ਰਹੇ ਹਨ ਤਾਜ, ਅਤੇ ਇਸ ਫਿਲਮ ਵਿੱਚ ਲੀਡ ਵਿੱਚ ਵਿਖਣਗੇ ਜੀ ਮਸ਼ਹੂਰ ਪੰਜਾਬੀ ਸਿੰਗਰ ਅਤੇ ਐਕਟਰ ਕੁਲਵਿੰਦਰ ਬਿੱਲਾ, ਜੋ ਕਿ ਇਸ ਤੋਂ ਪਹਿਲਾਂ ਵੀ ਸਿਮਰਜੀਤ ਸਿੰਘ ਨਾਲ ਉਹਨਾਂ ਦੀ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਵਿੱਚ ਇੱਕ ਅਹਿਮ ਕਿਰਦਾਰ ਨਿਭਾ ਚੁੱਕੇ ਹਨ। ਅਤੇ ਇਸ ਤੋਂ ਇਲਾਵਾ ਕੁਲਵਿੰਦਰ ਬਿੱਲਾ ਦੇ ਓਪੋਜ਼ਿਟ ਵਿਖਾਈ ਦੇਵੇਗੀ ਜੀ ਫਿਲਮਫੇਅਰ ਅਵਾਰਡ ਵਿਨਿੰਗ ਐਕਟਰੈਸ ਮੈਂਡੀ ਟੱਖਰ। ਦੱਸਣ ਯੋਗ ਹੈ ਕਿ ਆਉਣ ਵਾਲੀ ਇਹ ਨਵੀਂ ਫਿਲਮ ਮਸ਼ਹੂਰ ਡਾਇਰੈਕਟਰ ਸਿਮਰਜੀਤ ਸਿੰਘ, ਜੋ ਕਿ ਆਪਣੀ ਸੁਪਰਹਿੱਟ ਫਿਲਮਸ ਲਾਈਕ ਨਿੱਕਾ ਜ਼ੈਲਦਾਰ, ਅੰਗਰੇਜ਼ ਅਤੇ ਬਾਜ਼ ਲਈ ਜਾਣੇ ਜਾਂਦੇ ਹਨ, ਉਹਨਾਂ ਦਾ ਪ੍ਰੋਡਕਸ਼ਨ ਡੈਬਿਊ ਹੋਵੇਗਾ। ਹਾਂਜੀ, ਸਿਮਰਜੀਤ ਸਿੰਘ ਪ੍ਰੋਡਕਸ਼ਨਸ ਦੇ ਬੈਨਰ ਹੇਠ ਬਣਨ ਵਾਲੀ ਇਹ ਪਹਿਲੀ ਫਿਲਮ ਹੋਵੇਗੀ। ਇਹ ਖਬਰ ਤਾਂ ਇੱਥੇ ਹੀ ਖਤਮ ਹੁੰਦੀ ਹੈ, ਲੇਕਿਨ ਪੰਜਾਬੀ ਫਿਲਮ ਜਗਤ ਤੋਂ ਜੁੜੀਆਂ ਹੋਈਆਂ ਜੀ ਹੋਰ ਛੋਟੀਆਂ ਵੱਡੀਆਂ ਅਤੇ ਇੰਟਰਸਟਿੰਗ ਖਬਰਾਂ ਵੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਅਤੇ ਲੇਟੈਸਟ ਅਪਡੇਟਸ ਲਈ ਥੱਲੇ ਦਿੱਤੇ ਗਏ ਬੈੱਲ ਆਈਕਨ 'ਤੇ ਕਲਿੱਕ ਕਰ ਦਿਓ। ਕੁਲਵਿੰਦਰ ਬਿੱਲਾ ਐਂਡ ਮੈਂਡੀ ਟੱਖਰ ਫੈਨਸ, ਇਸ ਨਿਊਜ਼ ਨੂੰ ਲਾਈਕ, ਸ਼ੇਅਰ ਅਤੇ ਇਸ 'ਤੇ ਆਪਣੀ ਐਕਸਾਈਟਮੈਂਟ ਜ਼ਾਹਿਰ ਕਰਨੀ ਨਾ ਭੁੱਲਿਓ। ਅਤੇ ਹੁਣ ਤੁਹਾਨੂੰ ਇਹ ਵੀ ਦੱਸ ਦਈਏ ਕਿ ਗੱਭਰੂ ਐਪਲੀਕੇਸ਼ਨ ਮਾਰਕੀਟ ਵਿੱਚ ਲਾਂਚ ਹੋ ਚੁੱਕੀ ਹੈ, ਸੋ ਆਲ ਦੀ ਐਪਲ ਯੂਜ਼ਰਸ ਛੇਤੀ ਤੋਂ ਆਪਣੇ ਪਲੇ ਸਟੋਰ ਵਿੱਚ ਜਾਓ, ਸਾਡੀ ਐਪਲੀਕੇਸ਼ਨ ਨੂੰ ਡਾਊਨਲੋਡ ਕਰੋ, ਇੰਟਰਸਟਿੰਗ ਆਰਟੀਕਲਸ ਅਤੇ ਵੀਡੀਓਜ਼ ਇੱਕੋ ਪਲੈਟਫਾਰਮ 'ਤੇ ਇੰਜੋਏ ਕਰੋ। ਅਨਟਿਲ ਦੈਨ, ਬਿਹਾਈਂਡ ਕੈਮਰਾ ਵਿਦ ਕਰਨ, ਆਈ ਜਸਮੀਤ, ਟੇਕ ਅ ਗੁੱਡ ਬਾਏ ਫਰੋਮ ਯੂ। gabru.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਚ।